ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੇ ਸਮੂਹ ਸਰੋਤਾ ਜਨੋ, ਮੇਰੇ ਸਤਿਗੁਰੂ ਬੋਲਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ। ਆਪ ਜੀ ਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਅਤੇ ਆਪਾਂ ਪਿਛਲੇ ਸਾਲ ਤੋਂ ਤਕਰੀਬਨ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਪ੍ਰੋਗਰਾਮ ਆਰੰਭ ਕੀਤਾ ਸੀ ਅਤੇ ਦੂਸਰੇ ਸਾਲ ਵਿੱਚ ਆਪਾਂ ਪ੍ਰਵੇਸ਼ ਕੀਤੇ ਹੋਏ ਹਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਪਜੀ ਸਾਹਿਬ ਜੀ ਤੋਂ ਆਪਾਂ ਵਿਚਾਰ ਦੀ ਆਰੰਭਤਾ ਕੀਤੀ ਸੀਗੀ। ਸੋ ਸਾਧ ਸੰਗਤ ਜੀ, ਅੱਜ ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ 18 ਅੰਗ ਉੱਪਰ ਪਹੁੰਚੇ ਹਾਂ, ਜਿੱਥੇ ਸਤਿਗੁਰਾਂ ਦਾ ਪਾਵਨ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ ਹੋਮੈ ਮੁਈ ਘਰਾਹੋ, ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵਿਸਾਹੋ। ਸੋ ਸਾਧ ਸੰਗਤ ਜੀ, ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਅੱਜ ਦਾ ਪ੍ਰੋਗਰਾਮ ਇਸ ਸ਼ਬਦ ਦੇ ਨਾਲ ਆਪਾਂ ਆਰੰਭ ਕਰਾਂਗੇ। ਆਓ, ਸ਼ਬਦ ਆਰੰਭ ਕਰਨ ਤੋਂ ਪਹਿਲਾਂ ਆਪਾਂ ਫਤਿਹ ਸਾਂਝੀ ਕਰਦੇ ਹਾਂ। ਮੇਰੇ ਨਾਲ ਮੇਰੇ ਸਾਥੀ ਸਰਦਾਰ ਨਿਰਮਲ ਸਿੰਘ ਜੀ ਟੈਲਫੋਰਡ ਤੋਂ, ਦਾਸ ਗੁਰਨਾਮ ਸਿੰਘ ਸਟੋਕ ਕੰਟਰੈਂਟ ਤੋਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ ਜੀ, ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਇੱਥੋਂ ਸ਼ਬਦ ਦੀ ਵਿਚਾਰ ਦੀ ਜਿਹੜੀ ਆਰੰਭਤਾ ਹੈ ਭਾਈ ਸਾਹਿਬ ਜੀ ਦੇ ਦੁਆਰਾ ਕਰੀਏ। ਗੁਰਮੁਖ ਪਿਆਰਿਓ, ਜਿਵੇਂ ਆਪ ਸਾਰੇ ਜਾਣਦੇ ਹੋ ਕਿ ਆਪਾਂ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਲੜੀਵਾਰ ਰਾਗ ਹਨ, ਉਹਨਾਂ 'ਚੋਂ ਪਹਿਲਾ ਰਾਗ ਸ੍ਰੀ ਰਾਗ ਹੈ। ਔਰ ਸ੍ਰੀ ਰਾਗ ਦੇ ਵਿੱਚ ਅਸੀਂ ਅੱਜ ਪਹਿਲਾਂ 10 ਸ਼ਬਦ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪਾਂ ਉਹਦੇ 'ਤੇ ਵਿਚਾਰ ਕਰ ਚੁੱਕੇ ਹਾਂ। ਅਤੇ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਵੀ ਹੁੰਦੀਆਂ ਹਨ, ਕਿਉਂਕਿ ਗੁਰਬਾਣੀ ਬਹੁਤ ਅਥਾਹ ਸਮੁੰਦਰ ਦੀ ਤਰ੍ਹਾਂ ਹੈ। ਜੇਕਰ ਕੋਈ ਇਹ ਕਹੇ ਕਿ ਜੋ ਕੁਝ ਅਸੀਂ ਇਸ ਦੇ ਅਰਥ ਕਰ ਰਹੇ ਹਾਂ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਵਿਚਾਰ ਕਰ ਰਹੇ ਹਾਂ ਉਹੀ ਸਹੀ ਹੈ, ਤਾਂ ਇਹ ਗੱਲ ਬਿਲਕੁਲ ਸਹੀ ਨਹੀਂ ਹੈ। ਕਿਉਂਕਿ ਆਪਾਂ ਜਾਣਦੇ ਹਾਂ ਕਿ ਵੱਖਰੇ ਵੱਖਰੇ ਜੋ ਟੀਕਾਕਾਰ ਹਨ ਉਹਨਾਂ ਦੀਆਂ ਵੀ ਰਾਏ ਕਈ ਜਗ੍ਹਾ ਵੱਖਰੀਆਂ ਵੱਖਰੀਆਂ ਹਨ। ਜਿਸ ਤਰ੍ਹਾਂ ਉਸ ਅਕਾਲ ਪੁਰਖ ਪ੍ਰਭੂ ਨੇ ਕਿਸੇ ਨੂੰ ਮਤ ਬਖਸ਼ੀ ਹੈ, ਉਨੀ ਕੁ ਹੀ ਵਿਚਾਰ ਆਪਾਂ ਕਰ ਸਕਦੇ ਹਾਂ, ਅਤੇ ਜਿੰਨੀ ਕੁ ਸਾਨੂੰ ਸਮਤ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਵਿਚਾਰ ਕਰਦੇ ਹਾਂ। ਅਤੇ ਆਸ ਵੀ ਕਰਦੇ ਹਾਂ ਕਿ ਆਪ ਸਾਰੇ ਇਹਨਾਂ ਉਹਨਾਂ ਗਲਤੀਆਂ ਨੂੰ ਜਿਹੜੀਆਂ ਅਸੀਂ ਕਰਦੇ ਹਾਂ ਵਿੱਚ ਉਹਨਾਂ ਨੂੰ ਮੁਆਫ ਵੀ ਕਰੋਗੇ। ਅਤੇ ਆਪਾਂ ਇਹ ਵਿਚਾਰ ਕਰੀਏ ਕਿ ਜਿਹੜੇ ਸ਼੍ਰੀ ਰਾਗ ਦੇ ਵਿੱਚ ਸ਼ਬਦ 10 ਅਸੀਂ ਪਹਿਲੇ ਸਰਵਣ ਕੀਤੇ ਹਨ ਅਤੇ ਅੱਗੇ ਵੀ ਜਿਹੜੇ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆ ਰਹੇ ਹਨ, ਉਹਨਾਂ ਵਿੱਚ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ। ਵੈਸੇ ਤਾਂ ਸਾਰੇ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੁੱਖ ਸ਼ਬਦਾਂ ਦਾ ਆਪਾਂ ਕਹੀਏ ਭਾਵ ਅਰਥ ਹੈ, ਮੁੱਖ ਜਿਹੜੀ ਗੱਲ ਹੈ ਸਾਨੂੰ ਜੀਵਨ ਨੂੰ ਸਮਝਾਉਣ ਵਾਲੀ, ਉਹ ਸਿਰਫ ਅਤੇ ਸਿਰਫ ਕੇਂਦਰਿਤ ਕਰਦੀ ਹੈ, ਸਾਨੂੰ ਘੇਰ ਘੇਰ ਕੇ ਇੱਕ ਗੱਲ 'ਤੇ ਲੈ ਕੇ ਆਉਂਦੀ ਹੈ ਕਿ ਇਹ ਭਾਈ, ਇਹ ਮਨੁੱਖ, ਇਹ ਜੀਵ, ਇਹ ਮਨ ਨੂੰ ਵੀ ਵਿੱਚ ਸੰਬੋਧਨ ਕਰਦੇ ਹਨ ਕਿ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਅਤੇ ਅਸੀਂ ਜੀਵ ਵਿਕਾਰਾਂ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਤੀਤ ਕਰੀ ਜਾ ਰਹੇ ਹਾਂ, ਅਤੇ ਵਿਕਾਰ ਕਿਸ ਤਰੀਕੇ ਦੇ ਨਾਲ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਜੁੜਨ ਤੋਂ ਰੋਕਦੇ ਹਨ ਜੀ, ਉਹ ਵਿਕਾਰ ਸਾਡੇ ਕਿਸ ਤਰ੍ਹਾਂ ਰਾਹ ਦੇ ਵਿੱਚ ਰੁਕਾਵਟ ਬਣਦੇ ਹਨ ਉਹਨਾਂ ਤੋਂ ਸਾਨੂੰ ਆਗਾਹ ਕੀਤਾ ਹੈ। ਅਤੇ ਵਾਰ ਵਾਰ ਸਾਨੂੰ ਇਹੀ ਦੱਸਿਆ ਹੈ ਕਿ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਹੀ ਅਸੀਂ ਉਸ ਅਕਾਲ ਪੁਰਖ ਪ੍ਰਭੂ ਦੇ ਨਾਲ ਸਾਡਾ ਸੰਬੰਧ ਜਿਹੜਾ ਦੁਬਾਰਾ ਤੋਂ ਫਿਰ ਬਣ ਸਕਦਾ ਹੈ, ਉਸ ਇੱਕ ਰਸ ਇੱਕ ਪਰਮਾਤਮਾ ਦੇ ਵਿੱਚ ਅਸੀਂ ਤਦ ਹੀ ਸਮਾ ਸਕਦੇ ਹਾਂ ਜੀ ਜੇਕਰ ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਵੇ। ਅਤੇ ਉਹ ਬਖਸ਼ਿਸ਼ ਦੇ ਨਾਲ ਅਸੀਂ ਸਾਰੇ ਵਿਕਾਰਾਂ ਤੋਂ ਆਪਣਾ ਖਹਿੜਾ ਛਡਾ ਲਈਏ ਜੀ, ਅਤੇ ਫਿਰ ਸਾਡਾ ਪਾਰ ਉਤਾਰਾ ਹੋਣਾ ਹੈ, ਭਾਵੇਂ ਇਸ ਜਿਹੜਾ ਮਾਇਆ ਰੂਪੀ ਸਮੁੰਦਰ ਦੁਨਿਆਵੀ ਤੌਰ 'ਤੇ ਹੈ ਉਹ ਤੋਂ ਪਾਰ ਹੋ ਸਕਦੇ ਹਾਂ ਜੀ।
ਹੁਣ ਸ਼ਬਦ ਫਿਰ ਜਿਵੇਂ ਆਪ ਜੀ ਨੇ ਸਰਵਣਕਾਰੀ ਲਿਆ ਸਰਦਾਰ ਗੁਰਨਾਥ ਸਿੰਘ ਹੋਣਾ ਪਾਸੋਂ ਕਿ ਸ੍ਰੀ ਰਾਗ ਮਹੱਲਾ ਪਹਿਲਾ, ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਹੈ, ਭਲੀ ਸਰੀ ਜੇ ਉਭਰੀ ਹੋਮੈ ਮੁਈ ਘਰਾਹ, ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਬੇਸਾਹ, ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ। ਹੁਣ ਇਹ ਪਹਿਲਾ ਪਦਾ ਹੈ, ਚਾਰ ਪਦਿਆਂ ਦਾ ਸ਼ਬਦ ਹੈ ਅਤੇ ਰਹਾਉ ਦੀਆਂ ਪੰਕਤੀਆਂ ਹਨ। ਇਸ ਸ਼ਬਦ ਦੇ ਪਹਿਲੇ ਪਦੇ ਦੇ ਵਿੱਚ ਹੀ ਸਾਨੂੰ ਇਹ ਗੱਲ ਸਤਿਗੁਰ ਸਮਝਾ ਰਹੇ ਹਨ ਕਿ ਇਹ ਭਾਈ ਮੇਰੇ ਸੱਚੇ ਪਾਤਸ਼ਾਹ ਦੇ ਉਹ ਬੇਪਰਵਾਹ, ਮੇਰਾ ਸੱਚਾ ਗੁਰੂ ਜਿਹੜਾ ਹੈ, ਮੇਰਾ ਸੱਚਾ ਬੇਪਰਵਾਹ ਅਕਾਲ ਪੁਰਖ ਪ੍ਰਭੂ ਹੈ ਜੀ, ਉਸਨੇ ਮੇਰੇ 'ਤੇ ਬਖਸ਼ਿਸ਼ ਕਰ ਦਿੱਤੀ ਅਤੇ ਬਖਸ਼ਿਸ਼ ਕਰਨ ਦੇ ਨਾਲ ਮੈਨੂੰ ਕੀ ਪ੍ਰਾਪਤੀਆਂ ਹੋਈਆਂ ਜੀ। ਪਹਿਲੀ ਗੱਲ ਤਾਂ ਇਹ ਆਖਦੇ ਹਨ ਕਿ ਮੈਂ ਜਿਹੜੀ ਮੇਰੇ ਅੰਦਰ ਹਉਮੈ ਸੀ ਜੀ, ਉਹਦੇ ਤੋਂ ਬਚ ਗਈ, ਕਿਉਂਕਿ ਭਲੀ ਸਰੀ ਜੇ ਉਭਰੀ, ਹਾਂਜੀ, ਇਹ ਚੰਗਾ ਹੋ ਗਿਆ ਮੇਰੇ ਲਈ, ਮੈਨੂੰ ਇਹ ਗੱਲ ਫੱਬ ਗਈ, ਭਾਵ ਮੇਰੇ ਇਹ ਕੰਮ ਆ ਗਈ ਗੱਲ ਜੀ, ਜਿਹੜੀ ਗੁਰੂ ਨੇ ਮੇਰੇ 'ਤੇ ਕਿਰਪਾ ਕਰਕੇ ਮੇਰੇ ਅੰਦਰੋਂ ਜਿਹੜੀ ਹਉਮੈ ਸੀ ਜੀ ਉਹ ਮਰ ਗਈ ਜੀ। ਕਿਉਂਕਿ ਹਉਮੈ ਜਿਹੜੀ ਹੈ ਐਡੀ ਵੱਡੀ ਰੁਕਾਵਟ ਹੈ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਦੇ ਵਿੱਚ ਜੀ, ਕਿ ਹੋ ਹੀ ਨਹੀਂ ਸਕਦਾ, ਕਿਉਂਕਿ ਇਹਦੇ ਲਈ ਸਪਸ਼ਟ ਕਰ ਦਿੱਤਾ ਕਿ ਜਿੱਥੇ ਹੰਕਾਰ ਹੈ ਹਾਂਜੀ, ਜਿੱਥੇ ਹਉਮੈ ਹੈ ਜੀ, ਉੱਥੇ ਨਾਮ ਹੀ ਨਹੀਂ ਹੋ ਸਕਦਾ ਹਾਂਜੀ। ਹਉਮੈ ਨਾਵੈ ਨਾਲ ਵਿਰੋਧ ਵਿਰੋਧ ਹੈ, ਦੋਏ ਨਾ ਵਸੈ ਇਕਠਾਓ। ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਮੈਨੂੰ ਤਾਂ ਇਹ ਗੱਲ ਬੜੀ ਵਧੀਆ ਹੋ ਗਈ ਕਿ ਮੇਰੇ ਸੱਚੇ ਬੇਪਰਵਾਹ ਅਕਾਲ ਪੁਰਖ ਪ੍ਰਭੂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ ਅਤੇ ਮੇਰੇ ਅੰਦਰੋਂ ਹਉਮੈ ਮਰ ਗਈ ਜੀ, ਅਤੇ ਮੈਂ ਇਸ ਹਉਮੈ ਤੋਂ ਬਚ ਗਈ ਜੀ। ਅੱਛਾ, ਉਹਦੇ ਨਾਲ ਫਿਰ ਫਾਇਦਾ ਕੀ ਹੋਇਆ ਜੀ? ਫਿਰ ਕਹਿੰਦੇ ਕਿ ਦੂਤ ਲੱਗੇ ਫਿਰ ਚਾਕਰੀ ਜੀ, ਸਤਿਗੁਰ ਕਾ ਵੇਸਾਹ ਜੀ। ਉਹ ਕਹਿੰਦੇ ਕਿ ਜਿਹੜੇ ਦੂਤ ਭਾਵ ਜਿਹੜੇ ਵਿਕਾਰ ਸੀ ਹਾਂਜੀ, ਜਿਹੜੇ ਮੈਨੂੰ ਗਲਤ ਕੰਮ ਕਰਵਾ ਰਹੇ ਸੀ, ਜਿਹੜੇ ਮੈਨੂੰ ਉਸ ਅਕਾਲ ਪੁਰਖ ਦੇ ਤੋਂ ਦੂਰ ਲੈ ਕੇ ਜਾ ਰਹੇ ਸੀ ਜੀ, ਉਹ ਵਿਕਾਰ ਜਿਹੜੇ ਹੈ ਉਹ ਫਿਰ ਮੇਰੇ ਨੌਕਰਾਂ ਵਾਂਗੂ ਮੇਰਾ ਕੰਮ ਕਰਨ ਲੱਗ ਪਏ ਜੀ, ਮੇਰੇ ਹੱਕ ਵਿੱਚ ਭੁਗਤਣ ਲੱਗ ਪਏ ਜੀ, ਜਦਕਿ ਉਹਨਾਂ ਦਾ ਕੰਮ ਸੀ ਮੈਨੂੰ ਗਲਤ ਪਾਸੇ ਲਗਾਉਣਾ, ਉਸ ਪਰਮਾਤਮਾ ਤੋਂ ਦੂਰ ਲੈ ਕੇ ਜਾਣਾ। ਪਰ ਉਹਨਾਂ ਨੇ ਅਕਾਲ ਪੁਰਖ ਦੀ, ਸਤਿਗੁਰ ਦਾ ਜਦੋਂ ਮੈਨੂੰ ਭਰੋਸਾ ਮਿਲ ਗਿਆ ਜੀ, ਜਦੋਂ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਜੀ, ਅਤੇ ਫਿਰ ਉਹ ਜਿਹੜੇ ਦੂਤ ਸੀ ਭਾਵ ਜਿਹੜੇ ਵਿਕਾਰ ਸੀ, ਜਿਹੜੇ ਮੈਨੂੰ ਗਲਤ ਪਾਸੇ ਲੈ ਕੇ ਜਾਂਦੇ ਸੀ, ਉਹ ਮੇਰੇ ਨੌਕਰਾਂ ਵਾਂਗੂ, ਜਿਵੇਂ ਨੌਕਰ ਨੂੰ ਆਪਾਂ ਹੁਕਮ ਦੇਈਦਾ ਅਤੇ ਆਪਣੇ ਕੰਮ ਕਰਵਾਈਦੇ ਆ ਜੀ, ਉਹ ਕੰਮ ਮੇਰੇ ਕਰਨ ਲੱਗ ਪਏ। ਭਾਵ ਜਿਵੇਂ ਹੁਣ ਕਈ ਸ਼ਬਦਾਂ 'ਚ ਮਹਾਰਾਜ ਲਿਖਦੇ ਆ ਵੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਬਿਲਕੁਲ, ਅਤੇ ਇਹ ਸਾਰੀਆਂ ਜਿਹੜੀਆਂ ਨੇ ਤਾਂ ਮਹਾਰਾਜ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ। ਹਾਂਜੀ, ਬਸ ਮਹਾਰਾਜ ਦੀ ਜਦੋਂ ਕਿਰਪਾ ਹੁੰਦੀ ਹੈ ਜੀ, ਗੱਲ ਉਹੀ ਆਉਂਦੀ ਹੈ, ਸਤਿਗੁਰ ਸਾਨੂੰ ਇੱਥੇ ਇਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਸੀਂ ਲੋਕ ਅਗਲੀ ਪੰਕਤੀ ਵਿੱਚ ਸਾਡਾ ਜਿਹੜੇ ਸਾਡਾ ਜੀਵਨ ਹੈ ਜਾਂ ਸਾਡੀ ਜਿਹੜੀ ਸੋਚ ਹੈ ਜਾਂ ਜਿਸ ਰਾਊਂਡ 'ਤੇ ਜਿਸ ਚੱਕਰ ਦੇ ਵਿੱਚ ਅਸੀਂ ਪਏ, ਜਿਹੜੀ ਸਾਡੀ ਸੋਚ ਹੈ, ਜਿਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ, ਉਹ ਕੀ ਹੈ ਕਿ ਅਸੀਂ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ ਜੀ। ਅਸੀਂ ਤਾਂ ਕਲਪਦੇ ਹੀ ਰਹਿੰਦੇ ਹਾਂ ਕਿ ਮੈਂ, ਮੇਰੇ ਕੋਲ ਜਿਹੜੀ ਚੀਜ਼ ਹੈ ਨਹੀਂ ਜੀ, ਅਸੀਂ ਉਹਦੇ ਲਈ ਕਲਪੀ ਜਾਂਦੇ ਹਾਂ। ਅੱਛਾ, ਉਹ ਕਹਿੰਦੇ ਕਿ ਜਦੋਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੋ ਗਈ ਤੇ ਜਿਹੜੇ ਵਿਕਾਰ ਸੀ ਉਹ ਤੁਹਾਡੇ ਨੌਕਰ ਬਣ ਗਏ ਤੇ ਤੁਹਾਨੂੰ ਘਾਟ ਤਾਂ ਕੋਈ ਰਹਿਣੀ ਨਹੀਂ ਜੀ, ਬਿਲਕੁਲ। ਪਰ ਗੱਲ ਤੇ ਇਹ ਹੈ ਕਿ ਅਸੀਂ ਹੰਕਾਰ ਵੀ ਛੱਡਣਾ ਨਹੀਂ ਜੀ, ਅਸੀਂ ਜਿਹੜੇ ਵਿਕਾਰ ਹੈ ਉਹਨਾਂ ਨੂੰ ਵੀ ਆਪਣੇ ਨਾਲ ਹੀ ਰੱਖਣਾ ਹੈ ਜੀ, ਤੇ ਫਿਰ ਅਸੀਂ ਜਿਹੜੀ ਕਲਪਦੇ ਹਾਂ, ਜਿਹੜੇ ਤੜਫਦੇ ਹਾਂ, ਹਾਂਜੀ, ਉਹ ਤੋਂ ਛੁਟਕਾਰਾ ਤਾਂ ਹੋ ਨਹੀਂ ਸਕਦਾ ਜੀ, ਬਿਲਕੁਲ। ਪਰ ਉਹਦੇ ਲਈ, ਛੁਟਕਾਰੇ ਦੇ ਲਈ ਸਤਿਗੁਰ ਕਹਿੰਦੇ ਕਿ ਉਹ ਸੱਚੇ ਬੇਪਰਵਾਹ ਦੀ ਅਗਰ ਬਖਸ਼ਿਸ਼ ਹੋ ਜਾਵੇ ਤੇ ਫਿਰ ਇਹ ਕਲਪ ਤਿਆਗੀ ਬਾਦ ਹੈ। ਇਹ ਕਹਿੰਦੇ ਤਾਂ ਬੇਕਾਰ ਚੀਜ਼ਾਂ ਇਹਨਾਂ ਨੂੰ ਮੈਂ ਛੱਡ ਦਿੱਤਾ, ਤਿਆਗ ਦਿੱਤਾ, ਭਾਵ ਇਹਨਾਂ ਇਹ ਕਲਪਨਾ ਜਿਹੜੀ ਇਹਨਾਂ ਤੜਪਣਾ ਆ ਉਹਦੇ ਤੋਂ ਮੈਨੂੰ ਇਹ ਤਾਂ ਵਿਅਰਥ ਹੀ ਸੀਗੀ, ਉਹ ਛੱਡ ਦਿੱਤੀ ਮੈਂ। ਭਾਵ ਜਿਵੇਂ ਕਿ ਜੀਵਨ ਵਿੱਚ ਆਪਾਂ ਦੇਖਦੇ ਹਾਂ ਕਿ
रोज़मर्रा की जिंदगी हुंदा एवें ही है, बिल्कुल जो सतगुरां ने सानू दिता होया ऑलरेडी जी उहदा असी आनंद नहीं माणदे, प्लस उहदा असी शुकराना नहीं करदे जी जी। ते जिहड़ा कुछ नहीं है असी उह मंगदे मंगदे कल्पदे रहिंदे आ दिन रात, आ हो जे आ मिल जे, है ना जी। देखो गुरु साहिबान ने कोई शक नहीं रखिया सानू, लॉजिकली भी जी किसे गल दा इदां दी गल नहीं कि सानू गुरबाणी दे अंदर जवाब नहीं मिलदा जी। आपां रोज़ सुखमनी साहिब पढ़न वाले गुरमुख प्यारे जी ਜਾਣਦੇ ਆ ਕਿ ਸਤਿਗੁਰ ਆਖਦੇ ਨੇ ਇੱਕ ਵਸਤੂ ਲੈ ਪਾਛੇ ਪਾਵੇ, 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ, ਇੱਕ ਪੀਣਾ ਦੇ 10 ਪੀਹਰ ਲੈ ਤਾਂ ਮੂੜਾ ਕੋ ਕਹਾ। ਉਹ ਕਹਿੰਦੇ ਕਿ ਜਿਹੜੀ ਇੱਕ ਵਸਤ ਨਹੀਂ ਮਿਲੀ, 10 ਜਿਹੜੀਆਂ 10 ਦਿੱਤੀਆਂ ਉਹ ਤਾਂ ਪਿੱਛੇ ਰੱਖ ਲਿਆ ਤਾਂ ਆਪਣੀਆਂ ਹੀ ਆ ਜੀ, ਬਿਲਕੁਲ, ਕਿਉਂਕਿ ਉਹ ਗਿਣਤੀ ਤੋਂ ਬਾਹਰ ਹੋ ਗਈਆਂ ਬਿਲਕੁਲ। ਪਰ ਜਿਹੜੀ ਮੰਗਦੇ ਆ ਉਹ ਅਗਰ ਨਹੀਂ ਮਿਲੀ ਤਾਂ ਰੱਬ ਨਾਲ ਵੀ ਲੜਨ ਨੂੰ ਤਿਆਰ ਹੋ ਜਾਂਦਾ ਬੰਦਾ ਜੀ, ਵੀ ਉਹ ਮੈਂ ਨਾਰਾਜ਼ ਹੋ ਜਾਂਦਾ ਵੀ ਮੇਰੀ ਗੱਲ ਪੂਰੀ ਨਹੀਂ ਹੋਈ ਜੀ, ਬਿਲਕੁਲ। ਤੇ ਉਹ ਕਹਿੰਦੇ ਕਿ ਜੇ ਤੂੰ ਭਲਿਆ ਮਾਨਸਾ ਉਹ ਇੱਕ ਵੀ ਨਾ ਦੇਵੇ, ਜਿਹੜੀਆਂ ਪਹਿਲੀਆਂ 10 ਉਹ ਵੀ ਵਾਪਸ ਲੈ, ਉਹ ਵੀ ਵਾਪਸ ਲੈ ਲਵੇ, ਫਿਰ ਕੀ ਕਰੇਗਾ, ਤੂੰ ਕੀ ਕਰ ਲਊਗਾ ਜੀ, ਠੀਕ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਆਖਦੇ ਕਿ ਜਿਹੜੀ ਇਹ ਤੜਪ ਆ, ਇਹ ਕਲਪਨਾ ਆ, ਇਹ ਸਾਰੀਆਂ ਜਿਹੜੀਆਂ ਵਿਅਰਥ ਸੀ, ਅਤੇ ਇਸ ਕਰਕੇ ਸਤਿਗੁਰਾਂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ, ਠੀਕ ਹੈ ਜੀ, ਉਸ ਬੇਪਰਵਾਹ ਸੱਚੇ ਪਾਤਸ਼ਾਹ ਨੇ, ਅਤੇ ਮੈਂ ਇਹ ਸਾਰੀ ਕਲਪਨਾ ਜਿਹੜੀ ਉਹ ਛੱਡ ਦਿੱਤੀ ਜੀ। ਫਿਰ ਰਹਾਉ ਦੀਆਂ ਪੰਕਤੀਆਂ ਉਚਾਰਨ ਕਰਦੇ ਆ, ਮਨ ਰੇ ਸੱਚ ਮਿਲੇ ਭਉ ਜਾਏ, ਹਾਂਜੀ, ਭੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ ਸਮਾਏ, ਠੀਕ ਹੈ ਜੀ। ਹੁਣ ਇਹਦੇ ਵਿੱਚ ਬੜਾ ਵੱਡਾ ਭੇਦ ਜਿਹੜਾ ਉਹ ਸਾਨੂੰ ਸਮਝਾ ਰਿਹਾ ਸਤਿਗੁਰ ਜੀ, ਕਿਉਂਕਿ ਅਸੀਂ ਲੋਕ ਬਿਨਾਂ ਡਰ ਤੋਂ ਨਾ ਸਿੱਧੇ ਰਸਤੇ ਚੱਲ ਹੀ ਨਹੀਂ ਸਕਦੇ, ਇਹ 100% ਗਰੰਟਡ ਹੈ। ਬਿਲਕੁਲ ਬਿਲਕੁਲ, ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਆਪਾਂ ਅਗਰ ਕਿਤੇ ਮੋਟਰਵੇ 'ਤੇ ਜਾਂ ਹੋਰ ਕਿਸੇ ਜਗ੍ਹਾ ਕਾਰ ਡਰਾਈਵ ਕਰਦੇ ਹਾਂ ਜੀ ਜੀ, ਅੱਛਾ ਅਗਰ ਕੈਮਰਾ ਨਹੀਂ ਲੱਗਾ, ਹਾਂਜੀ, ਜਾਂ ਪੁਲਿਸ ਦੀ ਗੱਡੀ ਲਾਗੇ ਨਹੀਂ ਆ ਰਹੀ, ਹਾਂਜੀ ਹਾਂਜੀ, ਤੇ ਅਸੀਂ ਉੱਥੇ ਫਿਰ ਸਪੀਡ ਜਿਹੜੀ ਉਹ ਲਿਮਿਟ ਤੋਂ ਉੱਪਰ ਕਰ ਲੈਣੀ ਜੀ, ਬਿਲਕੁਲ ਅਸੀਂ ਕਰਦੇ ਹੀ ਆ ਨਾ, ਬਿਲਕੁਲ। ਪਰ ਜੇਕਰ ਸਾਨੂੰ ਦੱਸੇ ਵੀ ਉੱਥੇ ਕੈਮਰਾ ਲੱਗਾ ਹੈ ਜੀ ਜਾਂ ਪੁਲਿਸ ਦੀ ਗੱਡੀ ਆ ਰਹੀ ਹੈ, ਉਹ ਡਰ ਪੈ ਗਿਆ ਮਨ ਵਿੱਚ, ਅਸੀਂ ਬਿਲਕੁਲ ਜਿਹੜੀ ਉਹ ਲਿਮਿਟ ਦੱਸਦੇ ਆ ਕਿ ਇਸ ਲਿਮਿਟ ਤੋਂ ਬਾਹਰ ਨਹੀਂ ਜਾਣਾ, ਅਸੀਂ ਉੱਥੇ ਆ ਜਾਣਾ ਬਿਲਕੁਲ ਬ੍ਰੇਕ ਲਾ ਕੇ, ਹਾਂਜੀ ਬਿਲਕੁਲ, ਭਾਵ ਕਿ ਅਸੀਂ ਬਿਨਾਂ ਭਉ ਤੋਂ ਸਿੱਧੇ ਨਹੀਂ ਹੋਣਾ ਜੀ, ਬਿਲਕੁਲ, ਅਸੀਂ ਡਰ ਦੇ ਨਾਲ ਹੀ ਸਹੀ ਹੋ ਸਕਦੇ, ਇਹ ਸਾਡੀ ਇੱਕ ਕਹਿ ਲਓ ਕਿ ਫਿਤਰਤ ਹੈ ਇਨਸਾਨ ਦੀ ਜੀ, ਬਿਲਕੁਲ ਬਿਲਕੁਲ। ਸਤਿਸੰਗਤ ਜੀ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ 'ਚ ਸਾਨੂੰ ਸਮਝਾ ਰਹੇ ਨੇ, ਹੁੰਦਾ ਇਵੇਂ ਹੀ ਹੈ ਜੀਵਨ ਵਿੱਚ, ਜਿਵੇਂ ਆਪਾਂ ਵਿਚਾਰ ਕਰ ਰਹੇ ਹਾਂ ਕਿ ਬੰਦਾ ਕਿਸੇ ਮਰਿਆਦਾ 'ਚ ਰਹਿੰਦਾ ਅਤੇ ਡਰ ਕਾਰਨ ਹੀ ਰਹਿੰਦਾ, ਅਤੇ ਜੇ ਥੋੜ੍ਹਾ ਜਿਹਾ ਮਨ ਤੋਂ ਡਰ ਚੱਕਿਆ ਜਾਵੇ, ਜਿਵੇਂ ਹੁਣ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਅਸੀਂ ਮਹਿਸੂਸ ਕਰਦੇ ਹਾਂ, ਅੰਗ ਸੰਗ ਮਹਾਰਾਜ ਨੂੰ ਸਮਝਦੇ ਹਾਂ, ਅਤੇ ਫਿਰ ਸਤਿਸੰਗ ਜੀ ਆਪੇ ਹੀ ਮਨ ਬੁਰੇ ਪਾਸੇ ਨਹੀਂ ਜਾਂਦਾ, ਬੁਰੇ ਖਿਆਲ ਆਉਂਦੇ ਨਹੀਂ, ਕਿਉਂਕਿ ਮਨ ਵਿੱਚ ਉਹ ਡੰਡਾ ਖੜ੍ਹਾ ਹੈ ਮਾਲਕ ਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਸੀਂ ਮਹਿਸੂਸ ਕਰੀਏ ਤਾਂ ਉਹ ਭਾਵ ਭਾਵਨਾ ਮਨ 'ਚ ਪੈਦਾ ਹੁੰਦੀ ਹੈ। ਸੋ ਅੱਜ ਦੇ ਜਿਹੜਾ ਆਪਣਾ ਵਿਚਾਰ ਚੱਲ ਰਹੀ ਹੈ, ਇੱਕ ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਜਲਦੀ ਆਜ ਹਾਜ਼ਰ ਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਮੇਰੇ ਸਤਿਗੁਰ ਬੋਲਦੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਨਿੱਘਾ ਸਵਾਗਤ ਹੈ। ਆਪਾਂ ਸ਼ਬਦ ਦੀ ਮਿਲ ਕੇ ਵਿਚਾਰ ਕਰ ਰਹੇ ਸੀ, ਮਹਾਰਾਜ ਦਾ ਸ਼ਬਦ ਸੀ, ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਜਿਹੜੇ ਲੜੀਵਾਰ ਹੁਣ ਕਥਾ ਵਿਚਾਰ ਸਰਵਣ ਕਰ ਰਹੇ ਸੀ ਪ੍ਰੋਗਰਾਮ ਦੇ ਦੁਆਰਾ, ਅਤੇ ਆਪ ਜੀ ਨੂੰ ਬੜਾ ਆਨੰਦ ਆ ਰਿਹਾ ਹੋਵੇਗਾ। ਸਤਿਗੁਰੂ ਬਹੁਤ ਕਿਰਪਾ ਕਰ ਰਹੇ ਹਨ, ਸ਼ਬਦ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਆਓ ਥੋੜ੍ਹਾ ਜਿਹਾ ਮਨ ਬਿਰਤੀਆਂ ਇਕਾਗਰ ਕਰਕੇ ਅਗਲਾ ਸ਼ਬਦ ਜਿਹੜਾ ਹੈ ਮਹਾਰਾਜ ਦਾ ਉਹਦੀ ਵਿਚਾਰ ਸਰਵਣ ਕਰੀਏ ਜੀ। ਹਾਂਜੀ, ਇੱਥੇ ਗੁਰਮੁਖ ਪਿਆਰੇ ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਮਨ ਨੂੰ ਸੰਬੋਧਨ ਕਰਦੇ ਕਿ ਮਨ ਰੇ, ਇਹ ਮੇਰੇ ਮਨ ਜੀ, ਜੇਕਰ ਉਸ ਸੱਚ ਨੂੰ ਭਾਵ ਉਸ ਅਕਾਲ ਪੁਰਖ ਪ੍ਰਭੂ ਜੋ ਇੱਕ ਰਸ ਹੈ ਇੱਕ ਸਾਰ ਹੈ ਜੀ, ਉਹਨੂੰ ਮਿਲਣਾ ਹੈ ਅਤੇ ਉਹ
ਭਾਅ ਦੇ ਵਿੱਚ ਰਹਿਣਾ ਪੈਣਾ ਉਹਦੇ ਉਹਦਾ ਭਾਅ ਰੱਖ ਕੇ ਜੀ। ਅੱਛਾ ਫਿਰ ਅੱਗੇ ਦੱਸਦੇ ਕਿ ਭੈ ਬਿਨ ਨਿਰਭਉ ਕਿਉਂ ਥੀ ਹੈ। ਉਹ ਕਹਿੰਦੇ ਵੀ ਜਿਹੜੇ ਕਰ ਜੇਕਰ ਅਸੀਂ ਦੁਨੀਆਂ ਦਾ ਡਰ ਤੋਂ ਮੁਕਤ ਹੋਣਾ ਹੈ ਤੇ ਉਹਦੇ ਲਈ ਵੀ ਤਦ ਹੀ ਮੁਕਤ ਦੁਨੀਆਂ ਦੇ ਡਰ ਤੋਂ ਹੋਣਾ ਜੇਕਰ ਅਸੀਂ ਪਰਮਾਤਮਾ ਦੇ ਡਰ ਵਿੱਚ ਰਹਾਂਗੇ ਜੀ। ਬਿਲਕੁਲ, ਜਦੋਂ ਅਸੀਂ ਦੁਨੀਆਂ ਦੇ ਡਰ ਦੇ ਵਿੱਚ ਵੀ ਰਹਿੰਦੇ ਹਾਂ ਤੇ ਤਦ ਵੀ ਅਸੀਂ ਉਸ ਅਕਾਲ ਪੁਰਖ ਦੇ ਨਾਲ ਸਮਾ ਨਹੀਂ ਸਕਦੇ ਜੀ, ਕਿਉਂਕਿ ਅਸੀਂ ਤਾਂ ਸਾਡੀ ਕਲਪਨਾ ਜਿਹੜੀ ਜਿਵੇਂ ਕਲਪ ਤਿਆਗੀ ਬਾਤ ਹੈ ਉਸ ਤੋਂ ਖਹਿੜਾ ਕਿੱਦਾਂ ਛਡਾਉਣਾ ਕਲਪਨ ਤੋਂ ਜੀ, ਕਿਉਂਕਿ ਸਾਡੇ ਮਨ ਦੇ ਵਿੱਚ ਤਾਂ ਡਰ ਹੀ ਬਹੁਤ ਹੈ, ਡਰ ਵਿਕਾਰਾਂ ਦੇ ਹੈ ਜੀ। ਬਿਲਕੁਲ, ਕਿਉਂਕਿ ਜਦੋਂ ਅਸੀਂ ਕੁਛ ਗਲਤ ਕਰਦੇ ਹਾਂ ਤੇ ਦੁਨੀਆਂ ਦਾ ਡਰ ਹੈ ਸਾਨੂੰ ਜੀ, ਜੇਕਰ ਅਸੀਂ ਸਹੀ ਹੋਵਾਂਗੇ ਤੇ ਫਿਰ ਕੋਈ ਡਰ ਨਹੀਂ ਰਹਿ ਜਾਂਦਾ, ਫਿਰ ਕਿਸੇ ਦਾ ਕੀ ਡਰ ਹੈ ਜੀ। ਬਿਲਕੁਲ, ਅਗਰ ਇਨਸਾਨ ਹੁਣ ਆਪਾਂ ਕਈ ਵਾਰੀ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਮੰਨ ਲਓ ਆਪਾਂ ਕਿਤੇ ਰੋਡ 'ਤੇ ਗੱਡੀ ਵੀ ਡਰਾਈਵ ਕਰ ਰਹੇ ਹਾਂ ਫਿਰ ਜੀ, ਅਤੇ ਪੁਲਿਸ ਦੀ ਗੱਡੀ ਪਿੱਛੋਂ ਸਾਇਰਨ ਵਜਾਉਂਦੀ ਆ ਰਹੀ ਹੈ, ਹੁਣ ਆਪਣੀ ਉਸ ਲਾਈਨ ਦੇ ਵਿੱਚ ਇੱਕ ਬੰਦਾ ਹੈ ਉਹਨੇ ਚੋਰੀ ਕਿਤੋਂ ਕੀਤੀ ਹੈ ਜਾਂ ਕੁਛ ਉਹਦੇ ਕੋਲ ਕਹਿ ਲਓ ਪੇਪਰ ਪੂਰੇ ਨਹੀਂ ਜਾਂ MOT ਨਹੀਂ ਜਾਂ ਰੋਡ ਟੈਕਸ ਨਹੀਂ ਜੀ, ਇੱਕ ਉਹ ਬੰਦਾ ਹੈ, ਇੱਕ ਅਸੀਂ ਜਿਹਨਾਂ ਦੇ ਕੋਲ ਸਾਰਾ ਕੁਛ ਠੀਕ ਹੈ ਉਹ ਹੈ। ਹਾਂਜੀ, ਹੁਣ ਉਹ ਭਾਵੇਂ ਹੋਰ ਕਿਸੇ ਪਾਸੇ ਜਾਂ ਹੋਰ ਕਿਸੇ ਬੰਦੇ ਮਗਰ ਹੀ ਜਾ ਰਹੀ ਹੋਵੇ ਗੱਡੀ ਜੀ ਜੀ ਜੀ, ਲੇਕਿਨ ਉਹ ਜਿਸ ਬੰਦੇ ਦੇ ਕੋਲ ਕੋਈ ਕਮੀ ਹੈ ਜੀ, ਕੁਛ ਗਲਤ ਹੈ ਜੀ, ਉਸਦੇ ਮਨ ਵਿੱਚ ਡਰ ਪੈ ਜਾਏਗਾ ਕਿ ਇਹ ਸ਼ਾਇਦ ਮੇਰੇ ਵਾਸਤੇ ਹੀ ਹੈ ਜੀ, ਇਹ ਮੈਨੂੰ ਫੜਨ ਵਾਸਤੇ ਆ ਜੀ। ਬਿਲਕੁਲ ਬਿਲਕੁਲ, ਇਹ ਡਰ ਜਿਹੜਾ ਹੈ ਦੁਨਿਆਵੀ ਉਨੀ ਦੇਰ ਹੈ ਜਿੰਨੀ ਦੇਰ ਸਾਡੇ ਅੰਦਰ ਵਿਕਾਰ ਹੈ, ਹਾਂਜੀ, ਜਿੰਨੀ ਦੇਰ ਅਸੀਂ ਗਲਤ ਹਾਂ ਜੀ, ਅਤੇ ਜਦੋਂ ਅਸੀਂ ਉਹਦੇ ਭਾਅ ਵਿੱਚ ਰਹਿਣ ਲੱਗ ਪਏ ਤੇ ਫਿਰ ਅਸੀਂ ਗਲਤ ਕਰਨਾ ਕੁਛ ਨਹੀਂ ਜੀ, ਤੇ ਫਿਰ ਸਾਨੂੰ ਦੁਨੀਆਂ ਦਾ ਡਰ ਕੋਈ ਨਹੀਂ ਜੀ, ਤੇ ਫਿਰ ਕੀ ਹੋ ਜਾਂਦਾ ਉਹਦਾ ਫਾਇਦਾ ਫਿਰ ਕੀ ਹੁੰਦਾ ਹੈ ਜੀ, ਫਿਰ ਗੁਰਮੁਖ ਸ਼ਬਦ ਸਮਾਏ ਜੀ, ਫਿਰ ਉਹ ਗੁਰੂ ਦੇ ਪਿਆਰੇ ਜਿਹੜੇ ਗੁਰੂ ਦੇ ਨਾਲ ਜੁੜੇ ਆ ਫਿਰ ਉਸ ਸ਼ਬਦ ਦੇ ਅੰਦਰ ਸਮਾ ਜਾਂਦੇ ਭਾਵ ਉਸ ਸ਼ਬਦ ਦੇ ਨਾਲ ਜੁੜ ਕੇ ਉਸ ਪ੍ਰਭੂ ਦੇ ਨਾਲ ਸਮਾ ਜਾਂਦੇ ਆ ਜੀ। ਸੋ ਇਹ ਇੱਕ ਇਹ ਫਾਇਦਾ ਹੈ ਗੁਰੂ ਦੇ ਪ੍ਰਭੂ ਦੇ ਡਰ ਦੇ ਵਿੱਚ ਰਹਿਣ ਦਾ ਜੀ, ਅਤੇ ਜਿਵੇਂ ਆਪ ਜੀ ਨੇ ਵੀ ਦੱਸ ਹੀ ਦਿੱਤਾ ਕਿ ਬਿਨਾਂ ਡਰ ਤੋਂ ਜਿਹੜਾ ਹੈ ਅਸੀਂ ਸਿੱਧੇ ਚੱਲਦੇ ਨਹੀਂ ਜੀ। ਬਿਲਕੁਲ, ਡਰ ਜਿਹੜਾ ਉਹ ਸਾਨੂੰ ਇੱਕ ਲਾਈਨ ਦੇ ਵਿੱਚ ਰੱਖਦਾ, ਡਿਸਿਪਲਨ ਦੇ ਵਿੱਚ ਰੱਖਦਾ ਹੈ ਜੀ। ਫਿਰ ਦੂਸਰੇ ਪਦੇ ਵਿੱਚ ਸਾਨੂੰ ਫਿਰ ਅੱਗੇ ਕੀ ਉਚਾਰਨ ਕਰਕੇ ਸਮਝਾਉਂਦੇ ਹੈ, ਕੇਤਾ ਆਖਣ ਆਖੀ ਹੈ ਆਖਣ ਤੋਟ ਨਾ ਹੋਏ ਜੀ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਵਾਹ ਜੀ ਵਾਹ, ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁੱਖ ਹੋਏ। ਹੁਣ ਦੇਖੋ ਇਹ ਚੀਜ਼ਾਂ ਆਪਾਂ ਨੂੰ ਜਪਜੀ ਸਾਹਿਬ ਦੇ ਵਿੱਚ ਵੀ ਪੌੜੀ ਦੇ ਵਿੱਚ ਵੀ ਇਹਨਾਂ ਨੇ ਸਮਝਾ ਚੁੱਕੇ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਜੀ, ਕਿ ਦੇਖੋ ਹਰ ਇੱਕ ਜੀਵ ਹੈ, ਅਸੀਂ ਕਿੰਨਾ ਕੁਝ ਮੰਗਦੇ ਹਾਂ ਨਾ, ਸਾਨੂੰ ਆਪ ਨੂੰ ਵੀ ਮੇਰੇ ਖਿਆਲ ਯਾਦ ਨਹੀਂ ਰਹਿੰਦਾ ਜੀ। ਬਿਲਕੁਲ, ਸਾਡੇ ਮਨ ਵਿੱਚ ਕਿੰਨੀਆਂ ਮੰਗਾਂ ਖੜੀਆਂ ਹੁੰਦੀਆਂ ਜੀ, ਕੇਤਾ ਆਖਣ ਆਖੀਏ ਆਖਣ ਤੋਟ ਹੀ ਕੋਈ ਨਹੀਂ ਹੋਈ, ਕੋਈ ਨਹੀਂ, ਕਿ ਇੰਨਾ ਕੁਛ ਅਸੀਂ ਮੰਗੀ ਜਾਂਦੇ ਹਾਂ ਕਿ ਸਾਨੂੰ ਆਹ ਹੋਵੇ, ਜੇਕਰ ਮੂੰਹੋਂ ਨਹੀਂ ਮੰਗਦੇ ਤਾਂ ਅੰਦਰ ਤੱਕ ਚੱਲ ਹੀ ਰਿਹਾ ਨਾ। ਪਰ ਇੱਕ ਗੱਲ ਹੋਰ ਵੀ ਹੈ ਇੱਥੇ, ਜੇ ਜਿਹੜਾ ਮਾਲਕ ਸਾਨੂੰ ਦੇ ਦਿੰਦਾ ਉਹ ਅਸੀਂ ਭੁੱਲ ਜਾਂਦੇ ਹਾਂ ਜੀ ਜੀ, ਉਹ ਅੱਗੇ ਉਹ ਇੰਨਾ ਕੁਝ ਹੋ ਜਾਂਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਜੀਵਨ ਵਿੱਚ ਇੰਨਾ ਮੰਗਦੇ ਹਾਂ ਅਸੀਂ ਮਹਾਰਾਜ ਤੋਂ, ਜਿਵੇਂ ਜਿਵੇਂ ਦਾਤਾਂ ਮਿਲੀ ਜਾਂਦੀਆਂ ਅਸੀਂ ਉਹ ਦਾਤਾਂ ਨੂੰ ਭੁੱਲੀ ਜਾਂਦੇ ਹਾਂ, ਅਗਲੀਆਂ ਖੜੀਆਂ ਤਿਆਰ। ਬਿਲਕੁਲ, ਹਾਂਜੀ, ਤੋਟ ਹੀ ਕੋਈ ਨਹੀਂ, ਉਹਨਾਂ ਤੇ ਕੱਲ ਹੀ ਇਹ ਕਹਿੰਦੇ ਕਿ ਤੋਟ ਨਹੀਂ, ਹਾਂਜੀ, ਖਤਮ ਹੋਣ ਵਾਲੀ ਹੈ ਹੀ ਨਹੀਂ, ਭਾਵ ਕਿ ਇਨਸਾਨ ਰੱਜਦਾ ਨਹੀਂ। ਹਾਂ ਜੀ, ਫਿਰ ਮੰਗਣ ਵਾਲੇ ਕੇਤੜੇ, ਮੰਗਣ ਵਾਲੇ ਜਿੰਨੇ ਵੀ ਜੀਵ ਪੈਦਾ ਹੋਏ ਹੈ ਜੀ, ਉਹ ਹਰ ਇੱਕ ਕਿੰਨੇ ਹੈ ਬੇਗਿਣਤ ਜੀ, ਉਹ ਕਹਿੰਦੇ ਕਿ ਮੰਗਣ ਵਾਲੇ ਕੇਤੜੇ ਬਹੁਤ ਮੰਗਣ ਵਾਲੇ ਹੈ, ਪਰ ਦਾਤਾ ਇੱਕੋ ਸੋਏ, ਦੇਣ ਵਾਲਾ ਇੱਕੋ ਅਕਾਲ ਪੁਰਖ ਪ੍ਰਭੂ, ਉਹ ਇੱਕੋ ਹੀ ਹੈ ਜੀ, ਦਾਤਾ ਦੇਣ ਵਾਲਾ ਜਿਹੜਾ ਹੈ ਜੀ ਉਹ ਇੱਕ ਹੀ ਹੈ, ਪਰ ਮੰਗਣ ਵਾਲੇ ਬਹੁਤ ਹੈ ਗਿਣਤੀ ਦੇ ਵਿੱਚ ਜੀ। ਫਿਰ ਆਖਦੇ ਹਨ ਕਿ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁੱਖ ਹੋਏ ਜੀ। ਅੱਛਾ, ਹੁਣ ਇੱਥੇ ਆ ਕੇ ਬੜੀ ਇੱਕ ਅਚੰਭੇ ਵਾਲੀ ਚੀਜ਼ ਸਾਨੂੰ ਸਮਝਾ ਰਹੇ ਸਤਿਗੁਰ ਸੱਚੇ ਪਾਤਸ਼ਾਹ, ਜੇਕਰ ਕਿਸੇ ਮਨੁੱਖ ਨੂੰ ਇਹ ਪੁੱਛਿਆ ਜਾਵੇ ਕਿ ਭਾਈ ਅਸਲ ਦੇ ਵਿੱਚ ਤੂੰ ਦੱਸ ਕਿ ਤੇਰੀ ਖਾਹਿਸ਼ ਕੀ ਹੈ, ਤੂੰ ਚਾਹੁੰਦਾ ਕੀ ਹੈ, ਅਤੇ ਉਹ ਇਹੀ ਕਹੇਗਾ ਕਿ ਮੈਂ ਚਾਹੁੰਦਾ ਕਿ ਮੈਂ ਸੁਖੀ ਹੋਵਾਂ, ਔਰ ਸੁੱਖ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਜੀ, ਕਿ ਹੋ ਸਕਦਾ ਉਹ ਸਰੀਰਕ ਤੰਦਰੁਸਤੀ ਨੂੰ ਸੁੱਖ ਮੰਨੇ, ਦੁਨਿਆਵੀ ਸੁੱਖ ਮੰਗੇਗਾ, ਦੁਨਿਆਵੀ ਜਿਹੜੀ ਪਦਾਰਥ ਹੈ, ਧੀਆਂ ਪੁੱਤਰਾਂ ਦੀ ਔਲਾਦ ਮੰਗੇ, ਇਹਨਾਂ ਚੀਜ਼ਾਂ ਨੂੰ ਸੁੱਖ ਕਹੇ ਜੀ। ਅੱਛਾ,
फिर सतगुर सच्चे पातशाह जो सानू समझाते हैं कि भाई जिन्हें वो तेन जीत प्राण दिते है जेकर वो मन तेरे अंदर वस जावे ना जी जी तो फिर तेन सारे ही सुख मिल जाने। हाँ जी बिलकुल बिलकुल, पर असि वो एक काम नहीं कर सकते जेड़ा जिस काम दे नाल सानू जिहड़ी चीजा असि चाहुंदे आ वो प्राप्त हो सकदियां जी, लेकिन असि वो काम करना नहीं जी। बिलकुल, असि इस कोशिश विच है कि शायद असि अपनी अगर ओ असी सुख चाहुंदे आ जी तो फिर तां ओदी कृपा दे नाल ही मिलना है। बिलकुल, जेकर ओ मन विच वस जावे ते जिवें पहला तुसी भी गल कर चुके कि जो ओही आ गया जी बिलकुल ते फिर तो रह की गया पिछे फिर। हाँ जी बिलकुल, हर एक चीज हर सुख जिहड़ा है वो जीव नू प्राप्त हो सकता है, पर उहदे लई जिहड़ी असी कुछ साडी उह कोशिश ही नहीं जी, क्योंकि असी तां उहनू भुल्ले होए आ। असी तां विकारां दे नाल चुंबड़े हुए भाव विकार साढ़े ते हावी है जी, विकारां दे अधीन हो के असी सारे काम करते हैं जी, इस करके साड़ी वित्त जिहड़ी उह वध तां रही है जी, लेकिन घट नहीं रही जी, ते घटन वास्ते असी कोई चारा भी नहीं कर रहे जी। और देखा जाए तो बिल्कुल तुहाडी गल ठीक है भी जदों आपां गुरु घर जाने भी हाँ तो गुरु घर जाके साड़ी लिस्ट दुनियावी चीज़ां दी हुंदी है जी, दुनियावी मंगा ही हुंदियां ने भी महाराज सानू आह दे दौ सानू आह दे दौ, पर जे कही कोई नामदान वाहिगुरु तो कोई सिमरन की गल जा गुरु के चरणों की गल कोई आप आखीए महाराज सच्चे पातशाह सानू अपने चरणों नाल जोड़ लियो बस नामदान की दात दौ, वह बहुत घट है जी। ये हुण इहनू आपां एक मीडिया की मीडिया इस गल लई शाबाश का हकदार है जां प्रचारक वह जिहड़े गुरमुख प्यारे हैगे आ उहनां दा असर कह लईए। हुण कदे कदाई किते किते अरदास च किसे किसे गुरमुख प्यारे वल्लों इस कदे अरदास च सुण नूं मिल जांदा मिल जांदा जी, पर बहुत घट जी जी, परसेंटेज बहुत घट है, 1% भी आपां नहीं कह सकदे ऐन विरले ना ही कर है कोई ये समझ आउण लग पई जागृति कह लो आ रही है जे प्रचार का कम है मीडिया दे करके थोड़ी समझ आउण लगी है सानू कि ये मंगन वाली असल दे विच की चीज है, क्योंकि आपां इह सांदे कि जिहड़ी उस तो बिना मंगन वाली है तिस बिन होर जे मंगना सिर दुखां के दुख सिर दुखां के दुख दे नाम संतोखिया उतरे मन की भुख। ये चीजां जिहड़ियां ये गुरबाणी च सारा कुछ सानूं समझाया गया, लेकिन असीं उधर नूं जा नहीं रहे, इसे करके सतगुरु सानू हर शब्द दे विच आपां हुण देखो 11वां शब्द श्री राग दे विच है जी, ते हर शब्द दे विच यही गल आपां विचार कर रहे हैं कि गुरु साहब सानू यही कुछ समझा रहे जी। बिलकुल, फिर अगे देखो सानू की समझा रहे जिहड़ी कि पता सारा कुछ पहला भी है सानू असीं बाणी पढ़दे सुणदे आ रहे हैं, लेकिन गुरु साहब फिर समझाउंदे कहिंदे जग सुपना बाजी बनी खिन मैं खेल खिलाए संजोगी मिल एक से वेजोगी उठ जाए जी। हाँ जी, जो तिस भाणा सो थी है अवर ना करना जाए। हुण ये गल भी सानू सारयां नूं पता है जी जी कि जिहड़ी है असीं है दुनियावी खेड देख रहे हैं जी, एक बाजी तो भावे एक नाटक है ड्रामा है जी, ठीक है। ਹੁਣ ਆਪਾਂ ਕੋਈ ਨਾ ਫਿਲਮ ਦੇਖਦੇ ਹਾਂ ਕੋਈ ਡਰਾਮਾ ਦੇਖੋ ਤੁਸੀਂ, ਉਹਨਾਂ ਦੇ ਵਿੱਚੋਂ ਕਈ ਪਾਰਟ ਕਰਨ ਵਾਸਤੇ ਕਲਾਕਾਰ ਆਉਂਦੇ ਆ ਜੀ, ਉਹ ਫਿਰ ਉਹ ਵਿੱਚੋਂ ਗਾਇਬ ਕਰਨਾ ਹੁੰਦਾ ਤੇ ਉਹਨਾਂ ਦਾ ਕਿਸੇ ਨੂੰ ਕਿਸੇ ਦੀ ਮੌਤ ਦਿਖਾ ਦੇਣੀ ਹੈ, ਕਿਸੇ ਨੂੰ ਕੋਈ ਹੋਰ ਚਿਕਰ ਕਰਕੇ ਉਹਨੂੰ ਵਿੱਚੋਂ ਗਾਇਬ ਕਰ ਦੇ, ਭਾਵ ਡਰਾਮਾ ਹੀ ਹੈ ਇੱਕ। ਹਾਂਜੀ, ਇਹ ਜਿਹੜਾ ਅਸੀਂ ਵੀ ਇੱਕ ਕਿਸਮ ਦੀ ਇੱਕ ਵੱਡੀ ਸਟੇਜ ਹੈ, ਹਾਂਜੀ ਸਤਿਗੁਰਾਂ ਨੇ ਜਿਹੜੀ ਅਕਾਲ ਪੁਰਖ ਨੇ ਸਾਡਾ ਜਿਹੜਾ ਇਹ ਖੇਡ ਖਿਡਾਇਆ ਹੈ ਜੀ ਜੀ, ਇਹ ਵੀ ਇੱਕ ਬਾਜੀ ਹੈ ਸੁਪਨੇ ਵਰਗੀ ਹੈ ਜੀ, ਜਿਵੇਂ ਰਾਤ ਨੂੰ ਸੁਪਨਾ ਆਉਂਦਾ ਹੈ ਜੀ, ਉਹਦੇ ਨਿਆਈ ਦੱਸਿਆ ਜੱਗ ਜਿਹੜਾ ਇਹ ਸੁਪਨੇ ਦੀ ਨਿਆਈ ਹੈ ਜੀ, ਤੇ ਇਸ ਕਰਕੇ ਜਿਹੜਾ ਉਹ ਖੇਡ ਹੈ
एक ड्रामा जरा चल रहा है खिन में खेल खिलाए जी, एक थोड़ी जी टाइम का ही है वो लिए तो बहुत थोड़ा टाइम सानू के यही लग जाता कि असि पचास दे साठ दे सत्तर दे हो गए हाँ इन्ना चिर हो गया, लेकिन वो लिए तो खिन वाला ही है ते इस करके वह कहते एक सुपने वाली गल है खेड है बनी ओ वास्ते जी। ते वो जिस तरीके खेड बनाई है कि आके संजोग होंगे ते वो आके मिलाप हो जाता जी जी बाजीगर दी तरह जी। ते क्योंकि वो कहंदे कि जो तिस भाणा सो थी है, होना ओहो कुछ ही है जो कुछ वो चाहुंदा है जी, बिल्कुल खेड ओहदी है खिडाउंदा भी ओहो है जी, होना भी ओही है जो कुछ वो चाहुंदा है, अवर ना करना जे होर कोई कवे कि मैं इनू चेंज कर दिया जी नहीं कर सकदा, जां इनू मैं इस तरह नहीं, जे रब ने इदा करना तो नहीं मैं नहीं करन देना, मैं इदा करना ये हो नहीं सकता जी, बिल्कुल क्योंकि सारा कुछ ओहदे कंट्रोल दे विच है जी, बिल्कुल। फिर अगे अखीरला पता आंदा है ਉਹਦੇ ਵਿੱਚ ਸਤਿਗੁਰ ਸਾਨੂੰ ਫਰਮਾਉਂਦੇ ਹੈ ਕਿ ਗੁਰਮੁਖ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਰਾਸ, ਠੀਕ ਹੈ, ਜਿਨੀ ਸੱਚ ਵਣਜਿਆ ਗੁਰ ਪੂਰੇ ਸ਼ਾਬਾਸ ਜੀ ਜੀ, ਨਾਨਕ ਵਸਤ ਪਛਾਣ ਸੀ ਹਾਂਜੀ ਸੱਚ ਸੌਦਾ ਜਿਸ ਪਾਸ, ਇਹ ਅਖੀਰਲਾ ਪਦਾ ਹੈ ਹਾਂਜੀ। ਤੇ ਇਹਦੇ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ ਅਖੀਰਲੀ ਅਸਲ 'ਚ ਜਿਹੜੀ ਜ਼ਰੂਰੀ ਗੱਲ ਹੈ ਜੀ ਜੀ, ਉਹ ਇਹ ਦੱਸ ਦਿੱਤੀ ਕਿ ਭਾਈ ਜਿਹੜਾ ਗੁਰਮੁਖ ਬੰਦਾ ਹੈ ਉਹ ਕਿਹੜੀ ਚੀਜ਼ ਇਕੱਠੀ ਕਰਦਾ ਹੈ ਜੀ, ਕਿਹੜੀ ਵਸਤੂ ਨੂੰ ਇਕੱਤਰ ਕਰਦਾ ਹੈ ਜੀ, ਉਹ ਕਰਦਾ ਹੈ ਸੱਚਰ ਦਾ ਸੱਚ ਦਾ ਵਪਾਰ ਕਰਦਾ ਹੈ ਜੀ ਜੀ, ਨਾਮ ਸਿਮਰਨ ਕਰਦਾ ਹੈ ਤੇ ਉਹ ਇਕੱਤਰ ਕਰਦਾ ਹੈ ਪੂੰਜੀ ਜੀ ਜੀ, ਹਾਂਜੀ। ਸੋ ਸਤਸੰਗ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਅਤੇ ਅਗਲੇ ਹਫ਼ਤੇ ਫਿਰ ਇੱਥੋਂ ਹੀ ਸ਼ਬਦ ਦੀ ਵਿਚਾਰ ਆਪ ਜੀ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਦੇਖਦੇ ਰਹਿਣਾ ਅਕਾਲ ਚੈਨਲ ਮੇਰੇ ਸਤਿਗੁਰੂ ਬੋਲ ਦੇ ਪ੍ਰੋਗਰਾਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਪਾਂ ਸਾਰੇ ਮਿਲ ਕੇ ਸਰਵਣ ਕਰਦੇ ਰਹੀਏ, ਆਨੰਦ ਪ੍ਰਾਪਤ ਕਰਦੇ ਰਹੀਏ, ਸਤਿਗੁਰੂ ਇਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਸੋ ਹੁਣ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।